ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੇਰੇ ਨਾਲ ਡਾਕਟਰ ਚਰਨ ਕਮਲ ਸਿੰਘ ਜੀ ਮੌਜੂਦ ਨੇ ਸਟੂਡੀਓ ਦੇ ਵਿੱਚ, ਇਸ਼ਮੀਤ ਦੇ ਚਾਚਾ ਜੀ ਨੇ। ਇਸ਼ਮੀਤ ਉਹ ਰੂਹ ਜੋ ਸਾਡੇ ਵਿੱਚ ਨਹੀਂ ਹੈ, ਲੇਕਿਨ ਅੱਜ ਉਹਨਾਂ ਨੇ ਆਪਣੀ ਛਾਪ, ਅੱਜ ਆਪਣੀ ਉਹਨਾਂ ਨੇ ਕ੍ਰੀਏਟਿਵਿਟੀ, ਅੱਜ ਉਹਨਾਂ ਨੇ ਆਪਣੀ ਜਿਹੜੀ ਉਹਨਾਂ ਦੀ ਆਵਾਜ਼ ਸੀਗੀ ਸਾਡੇ ਕੰਨਾਂ ਤੱਕ ਰੋਜ਼ ਪਹੁੰਚਦੀ ਹੈ, ਔਰ ਅਸੀਂ ਬਹੁਤ ਖੁਸ਼ ਹੁੰਦੇ ਹਾਂ। ਲੇਕਿਨ ਦੁੱਖ ਵੀ ਸਾਨੂੰ ਹੁੰਦਾ ਕਿ ਉਹ ਰੂਹ ਸਾਡੇ ਵਿੱਚ ਨਹੀਂ ਹੈ। ਲੇਕਿਨ ਡਾਕਟਰ ਚਰਨ ਕਮਲ ਸਿੰਘ ਜੀ ਨੇ ਇਹ ਮੈਨੂੰ ਗੱਲ ਕਹੀ ਕਿ ਹਰਕੀਰਤ, ਇਸ਼ਮੀਤ ਵਰਗੇ ਬੱਚੇ ਅਸੀਂ ਘਰ ਘਰ ਦੇ ਵਿੱਚ ਪੈਦਾ ਕਰ ਸਕਦੇ ਹਾਂ, ਔਰ ਘਰ ਘਰ ਦੇ ਵਿੱਚ ਉਹਨਾਂ ਦੀ ਪਰਵਰਿਸ਼ ਕਰ ਸਕਦੇ ਹਾਂ, ਸਾਡੇ ਘਰ ਦੇ ਵਿੱਚ ਹੈ ਵੀ ਨੇ, ਔਰ ਅਸੀਂ ਜੇਕਰ ਉਹਨਾਂ ਨੂੰ ਇੱਕ ਸਿਰਫ ਰੋਡ ਮੈਪ ਦੇ ਦਈਏ ਕਿ ਉਹਨਾਂ ਦੀ ਪਰਵਰਿਸ਼ ਕਿਸ ਤਰੀਕੇ ਨਾਲ ਕਰਨੀ ਹੈ, ਤਾਂ ਉਹ ਇਸ਼ਮੀਤ ਘਰ ਦੇ ਵਿੱਚ ਵੀ ਆਪਣੇ ਭਵਿੱਖ ਨੂੰ ਅਤੇ ਆਪਣੇ ਮਾਪਿਆਂ ਦੇ ਭਵਿੱਖ ਨੂੰ ਵੀ ਸੁਨਹਿਰਾ ਕਰ ਸਕਦਾ। ਜੀ ਡਾਕਟਰ ਚਰਨ ਕਮਲ ਸਿੰਘ ਜੀ, ਮੱਖਣ ਸਿੰਘ ਜੀ ਸੀਗੇ, ਮੈਂ ਰੀਅਲੀ ਸੋਰੀ, ਪਹਿਲੇ ਉਹਨਾਂ ਦੀ ਕਾਲ ਲੈ ਲਵਾਂ, ਬੜੀ ਦੇਰ ਤੋਂ ਮੇਰੇ ਨਾਲ ਜੁੜੇ ਹੋਏ ਸੀਗੇ। ਮੱਖਣ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ, ਠੀਕ ਹੋ? ਜੀ ਜੀ ਠੀਕ ਹੈ ਜੀ। ਮੇਰੀ ਗੱਲ ਲੱਗੀ ਹੈ? ਕੋਈ ਗੱਲ ਨਹੀਂ ਜੀ, ਮੈਂ ਮੱਖਣ ਸਿੰਘ ਜੀ ਇਸ ਤੋਂ ਬਾਅਦ ਲੈਣਾ, ਤੁਸੀਂ ਆਉਂਦੇ ਰਹੋ, ਕੀ ਕਹਿਣਾ ਚਾਹੋਗੇ? ਇਹ ਦੱਸਣਾ ਚਾਹੁੰਦਾ ਕਿ ਸਭ ਤੋਂ ਵੱਡੀ ਕਮਜ਼ੋਰੀ ਜਿਹੜੀ ਸਾਡੀ ਪੇਰੈਂਟਸ ਹੈ ਨਾ, ਅਸੀਂ ਬੱਚਿਆਂ ਨੂੰ ਅੰਡਰ ਐਸਟੀਮੇਟ ਕਰਦੇ ਹਾਂ। ਇਹ ਬੱਚਾ ਨਲਾ ਕੇ ਇਹਨੂੰ ਆਉਂਦਾ ਕੁਛ ਨਹੀਂ, ਉਹਨੂੰ ਸਪੋਰਟ ਨਹੀਂ ਕਰਦੇ ਹਾਂ। ਹੁਣ ਮੇਰਾ ਬੱਚਾ ਸੀ ਨਾ, ਇੰਨਾ ਪੜਿਆ ਨਹੀਂ ਹੈਗਾ, ਅਕੈਡਮਿਕ ਇੰਨਾ ਸੀ, ਉਹ ਬੱਚਾ ਆਇਆ ਦੁਕਾਨ ਤੇ, ਮੈਨੂੰ ਕਹਿੰਦਾ ਮੈਂ ਇਹ ਕਰਨਾ, ਮੈਂ ਕੰਪਿਊਟਰ ਲਾਉਣਾ। ਬੱਚਾ, ਮੈਂ ਇੱਕ ਵਾਰ ਕਿਸੇ ਚੀਜ਼ ਤੋਂ ਉਹਨੂੰ ਰੋਕਿਆ ਨੇ, ਮੈਂ ਕਿਹਾ ਜੋ ਤੂੰ ਲਾਉਣਾ ਆਈ ਡੋਂਟ ਮਾਈਂਡ। ਸਾਡਾ ਅਸੀਂ ਕਹਿੰਦੇ ਅਸੀਂ ਪੈਨ ਨਹੀਂ ਜ਼ਰਾ ਨਹੀਂ ਲਾ ਕੇ, ਬੱਚੇ ਕਿਉਂ ਨੁਕਸਾਨ ਕਰ ਦੇਗਾ, ਪੈਸਾ ਜੋੜਿਆ ਸਾਡਾ ਚਲਾ ਜਾਏਗਾ। ਅੱਜ ਹੀ ਇਜ਼ ਦਾ ਟਾਪ ਬਿਜ਼ਨਸਮੈਨ ਇਨ ਦਿਸ ਕੰਟਰੀ। ਵੈਰੀ ਨਾਈਸ, ਵੈਰੀ ਨਾਈਸ, ਬਹੁਤ ਅੱਛੀ ਗੱਲ ਹੈ, ਬਹੁਤ ਅੱਛੀ ਗੱਲ ਹੈ। ਸਪੋਰਟ ਕਰੋ ਕਿ ਉਹਨਾਂ ਨੂੰ ਹਮੇਸ਼ਾ ਇਹ ਸੋਚੋ ਕਿ ਮੇਰਾ ਬੱਚਾ, ਹਮੇਸ਼ਾ ਕਹਿੰਦੇ ਉਹ ਨਾਲ ਗੁਆਂਢੀ ਦਾ ਬੱਚਾ ਬੜਾ ਲੈ ਕੇ ਦੇਖੋ, ਦੋ ਦੀ ਮਿਸਾਲ ਦੇ ਕੇ ਨਾ ਉਹਨੂੰ। ਮੈਂ ਇੱਕ ਗੱਲ ਦੱਸਣਾ ਚਾਹੁੰਦਾ, ਬੜੀ ਸੋਹਣੀ ਹੈਗੀ ਹੈ। ਇੱਕ ਬੱਚਾ ਕਾਰ 'ਚ ਜਾ ਰਿਹਾ ਸੀ ਪਿਓ ਦੇ ਨਾਲ, ਤੇ ਜਾਂਦਾ ਪਿਆ ਸੀ ਤੇ ਇੱਕ ਕਾਰ ਨੇ ਓਵਰਟੇਕ ਕੀਤਾ, ਤੇ ਉਹ ਬੱਚਾ ਕਹਿਣ ਲੱਗਾ ਡੈਡੀ ਡੈਡੀ ਦੇਖੋ ਉਹਦੇ ਕਾਰ ਨੇ ਓਵਰਟੇਕ ਕਰਤਿਆ। ਤੇ ਡੈਡੀ ਕਹਿਣ ਲੱਗਾ ਸਾਡੀ ਕਾਰ ਜਿਹੜੀ ਹੈ ਨਾ ਇੰਨੀ ਵਧੀਆ ਨਹੀਂ, ਉਹ ਕਾਰ ਵਧੀਆ, ਕੋਈ ਡਰ ਨਹੀਂ। ਤਾਂ ਫਿਰ ਇੱਕ ਹੋਰ ਕਾਰ ਲੰਘੀ, ਬੱਚੇ ਨੇ ਫਿਰ ਕਿਹਾ ਦੇਖ ਇੱਕ ਹੋਰ ਵੱਲ, ਤੇ ਜਦ ਕਾਰ ਆਇਆ ਨਾ ਤੇ ਡੈਡੀ ਨੂੰ ਕਹਿਣ ਲੱਗਾ ਰੋਜ਼ ਤੁਸੀਂ ਮੈਨੂੰ ਕਹਿੰਦੇ ਹੋ ਉਹ ਮੁੰਡਾ ਅੱਗੇ ਲੰਘ ਗਿਆ ਉਹ। ਇਹ ਹੀ ਚੀਜ਼ ਹੁੰਦੀ ਹੈ, ਹਰ ਬੱਚੇ ਡਿਫਰੈਂਸ ਹੁੰਦਾ ਹੋਵੇ, ਮੇਰੇ ਪਿੱਛੇ ਵੀ ਤਾਂ ਕਿਤਨੇ ਬੱਚੇ ਹੈਗੇ ਨਾ। ਸੋ ਕਹਿਣ ਦਾ ਭਾਵ ਹੈ ਕਿ ਵੀ ਸ਼ੁੱਡ ਟ੍ਰੀਟ ਬੱਚਿਆਂ ਨੂੰ, ਹਮੇਸ਼ਾ ਸੋਚੋ ਕਿ ਇਹਦੇ ਬੜਾ ਅਕਲ ਹੈ, ਇੱਥੇ ਜ਼ਰਾ ਵੀ ਬੱਚਾ ਕੋਲ ਹੋਵੇ ਨਾ ਬੜਾ ਸੋਹਣਾ, ਗੋਰੇ ਇਤਨੀ ਸਿਫਤ ਕਰਦੇ ਨਾ, ਥੋੜੀ ਉਮਰ ਚ ਮਹਿਕਾਂ ਖਿਲਾਰ ਗਿਆ ਕਿ ਉਸ ਟਾਈਮ ਸਾਰੀ ਵਰਲਡ ਦੀ ਅੱਖਾਂ ਨਿੰਮ ਹੋ ਗਈਆਂ ਸੀ ਜਦੋਂ ਸਮੀਰ ਦੁਨੀਆ ਤੋਂ ਗਿਆ। ਹਾਂਜੀ, ਦੇਖੋ ਜਿਹਨਾਂ ਨੂੰ ਇਹੋ ਜਿਹਾ ਗੁਰੂ, ਮੈਂ ਕਹਿੰਦਾ ਗਾਂ ਵੀ ਜਿਹੜੇ ਇਹੋ ਜਿਹਾ ਗੁਰੂ, ਜਿਸ ਬੱਚਿਆਂ ਨੂੰ ਜਿਹੜੇ ਬੱਚੇ ਇਹਨਾਂ ਕੋਲ ਪੜਨਗੇ ਉਹ ਇਸਮੀਤ ਹੀ ਬਣਨਗੇ ਗਾਂ। ਜੀ 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 ਦੇਖੋ ਕੌਮਾਂ, ਮੈਂ ਜੂਇਸ ਕੌਮ ਦੀਆਂ, ਚਲੋ ਇਹ ਗੱਲ ਲੰਮੀ ਹੋ ਜਾਣੀ, ਵੀ ਉਹ ਕਿੱਦਾਂ ਬੱਚਿਆਂ ਨੂੰ ਇੱਦਾਂ ਉੱਤੇ ਚੁੱਕਦੇ, ਵਿਦਿਆ ਨੂੰ ਕਿੱਥੇ ਲੈ ਗਏ ਉਹ, ਜੀ ਜੀ ਉਹ ਇੱਕ ਦੂਏ ਦਾ ਕਿੱਦਾਂ ਆਸਰਾ ਬਣਦੇ, ਵੀ ਇਹਨੂੰ ਉੱਚਾ ਚੁੱਕੀਏ ਲਾਗੇ ਕੁਝ ਸਾਡੇ ਵਰਗੇ ਬਰਾਬਰ ਹੋਣ। ਜੀ 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 ਆ ਵਿਦਿਆ ਤੇ ਮੈਂ ਚਾਹ ਵੀ ਕਹਿੰਦੇ ਜਿਹਨਾਂ ਕੌਮਾਂ ਤੇ ਦੇਸ਼ਾਂ ਨੇ ਗਾਂਹ ਹੋ ਕੇ ਜੋਤ ਵਿਦਿਆ ਦੀ ਘਰ ਜਗਾ ਲਈ ਹੈ, ਉਹਨਾਂ ਕੁੰਜੀ ਖਜ਼ਾਨੇ ਦੀ ਪਾ ਲਈ ਹੈ, ਕਿਸਮਤ ਆਪਣੀ ਉਹਨਾਂ ਪਲਟਾ ਲਈ ਹੈ। ਜੀ 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 ਪੈਰ ਉਹਨਾਂ ਦੇ ਆ ਜੇ ਕਬਾਲ ਚੁੰਮਿਓ, ਘਰ ਵਿੱਚ ਸੋਨੇ ਦੀ ਲਾਂਕਾ ਬਣਾ ਲਈ ਹੈ, ਰੱਬੀ ਤਾਕਤਾਂ ਮੁੱਠ ਵਿੱਚ ਮੀਟ ਲਈਆਂ, ਸੋਭਾ ਖੱਟ ਲਈ ਸ਼ਾਨ ਚਮਕਾ ਲਈ ਹੈ ਉਹਨਾਂ ਕੌਮਾਂ ਨੇ। ਜੀ 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 ਵਿਦਿਆ ਸਿਰ ਤੇ ਦੇਖੋ, ਫਿਰ ਜਿਹਨਾਂ ਨੂੰ ਇਹੋ ਜਿਹਾ ਆਪਣੇ ਗੁਰੂ ਮਿਲ ਜਾਣ, ਮੈਂ ਸਿਰਫ ਦੋ ਲਈਨਾਂ ਦਇਆ ਸਿੰਘ ਦੀਆਂ ਸੁਣਾ ਸਕਦਾ। ਜੀ 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 ਮਗਨ ਸਿੰਘ ਜੀ, ਹੋਰ ਵੀ ਸਾਨੂੰ ਬਹੁਤ ਸਾਰੀ ਕਾਲਸ ਆ ਰਹੀਆਂ, ਜਲਦੀ ਕਰਿਓ। ਹਾਂਜੀ, ਉਹ ਦੇਖੋ ਇਹਨਾਂ ਲਾ ਕੇ ਹੁਣ ਮੈਂ ਸੁਖ ਨਸਤਾਰਵਾਂ, ਕਹਿਣਾ ਸੁਣ ਕੇ ਮਨ ਫਕੀਰ ਦੀ ਬਾਤ ਬੇਟਾ, ਉਹ ਪੜ ਕੇ ਇਲਮ ਨੂੰ ਅਮਲ ਕਰਨਾ, ਐਵੇਂ ਫੋਲਣੇ ਨਾ ਕਾਗਜ਼ਾਤ ਬੇਟਾ। ਜੀ 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 ਦਇਆ ਧਰਮ ਦਾ ਮੂਲ ਸੂਲ ਪੱਕਾ, ਕਦੀ ਜੀਵ ਨਾ ਕਰਨਾ ਘਾਤ ਬੇਟਾ, ਪੀ ਨਾਮ ਅੰਮ੍ਰਿਤ ਅੰਮ੍ਰਿਤ ਕਰਨ ਵਾਲਾ, ਮਿੱਠੀ ਇਸ ਦੀ ਨਹੀਂ ਇਹ ਬਾਤ ਬੇਟਾ। ਜੀ 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 ਕਹਿੰਦਾ ਬੱਤ ਵੇਖ ਕੇ ਬੀਜੀਏ ਖੇਤ ਜਲਦੀ, ਨਿੱਤ ਹੋਮਦੀ ਨਹੀਂ ਬਰਸਾਤ ਬੇਟਾ, ਉਹ ਗਏ ਵਸਤ ਨੇ ਫੇਰ ਨਾ ਹੱਥ ਆਉਣਾ, ਫਿਰ ਆਮਦੀ ਹੈ ਜੁੰਮੇ ਰਾਤ ਬੇਟਾ, ਇਹਨਾਂ ਨੂੰ ਜੋ ਇਹੋ ਜਿਹਾ ਗੁਰੂ ਜਿਹਨਾਂ ਨੂੰ ਮਿਲ ਜਾਣਾ। ਜੀ 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 ਬਹੁਤ ਬਹੁਤ ਧੰਨਵਾਦ ਮੱਖਣ ਸਿੰਘ ਜੀ। ਡਾਕਟਰ ਚਰਨ ਕਮਲ ਸਿੰਘ ਜੀ, ਸਮਾਂ ਹੋਰ ਸਾਡੇ ਕੋਲ ਬਹੁਤਾ ਨਹੀਂ ਹੈਗਾ, ਆਈ ਵੁੱਡ ਲਾਈਕ ਕਿ ਤੁਸੀਂ ਸ਼ੋਰਟ ਐਂਡ ਕ੍ਰਿਸਪੀ ਸਾਡੇ ਵਿਊਅਰਸ ਨੂੰ ਜ਼ਰੂਰ ਸਮਝਾਓ ਕਿ ਕਿਸ ਤਰੀਕੇ ਨਾਲ ਅਲਾਈਨਮੈਂਟ ਅਸੀਂ ਕਰ ਸਕਦੇ ਹਾਂ ਬੱਚਿਆਂ ਦੀ, ਔਰ ਕਿਸ ਤਰੀਕੇ ਨਾਲ ਉਹਨਾਂ ਦੇ ਅੰਦਰ ਇੱਕ ਵਧੀਆ ਭਾਵ, ਇੱਕ ਵਧੀਆ ਉਹਨਾਂ ਦੇ ਅੰਦਰ ਫੇਥ ਟੂਵਰਡਸ ਰਿਲੀਜਨ, ਟੂਵਰਡਸ ਕਲਚਰ, ਟੂਵਰਡਸ ਦੇਅਰ ਪੇਰੈਂਟਸ ਕਿਵੇਂ ਦੇ ਸਕਦੇ ਹਾਂ? ਹਰਕੀਰਤ ਜੀ, ਪੇਰੈਂਟਸ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਣੀ ਜ਼ਿੰਮੇਵਾਰੀ ਨੂੰ ਬਹੁਤ, ਜਿਸ ਤਰ੍ਹਾਂ ਅਸੀਂ ਟਾਈਮ ਟੇਬਲ ਬਣਾਉਂਦੇ ਨਾ ਆਪਣੇ ਬਿਜ਼ਨਸ ਦਾ, ਆਪਣੇ ਬੱਚੇ ਦੇ ਹੋਣ ਤੋਂ ਬਾਅਦ ਇਮੀਡੀਏਟਲੀ ਸਾਰੇ ਉਹਦੇ ਪਹਿਲੇ 10 ਸਾਲ ਬਹੁਤ ਕੀਮਤੀ ਸਮਾਂ,
ਉਹਨੂੰ ਸਾਲ ਪਹਿਲੇ ਸਾਲ 'ਚ ਕੀ ਐਕਸਪੋਜਰ ਹੋਣਾ, ਦੂਸਰੇ ਸਾਲ 'ਚ ਕੀ ਪ੍ਰਿਪੇਅਰਨੈਸ ਹੋਣੀ ਹੈ, ਉਹ ਕਿਹੜੇ ਕਿੱਥੇ ਜਾਏਗਾ, ਕਿਹਨੂੰ ਮਿਲੇਗਾ, ਕਿਹੜਾ ਕਿਹੜਾ ਦੇਖੇਗਾ ਸੀਨ, ਉਹ ਘਰ 'ਚ ਕੀ ਮਾਹੌਲ ਹੈ, ਆਵਾਜ਼ ਕਿੰਨੀ ਉੱਚੀ ਹੋਣੀ ਚਾਹੀਦੀ ਹੈ, ਕੌਣ ਅੰਦਰ ਆਉਣਾ ਚਾਹੀਦਾ, ਉੱਥੋਂ ਤੋਂ ਲੈ ਕੇ ਵੀ ਸ਼ੁੱਡ ਪਲੈਨ ਐਵਰੀਥਿੰਗ। ਔਰ ਆਪਣਾ ਸੁਭਾਅ, ਕਦੋਂ ਅਸੀਂ ਅਫੈਕਸ਼ਨ ਵਾਲਾ ਵੀ ਲੱਲਾ ਲੱਲਾ ਕਰਦੇ ਹਾਂ ਬੱਚੇ ਛੋਟੇ ਨੂੰ, ਕਦੋਂ ਅਸੀਂ ਉਹਨੂੰ ਉਹਦਾ ਮੈਂਟਰ ਬਣ ਕੇ, ਉਹਦਾ ਘਰ ਦਾ ਟੀਚਰ ਬਣ ਕੇ ਉਹਨੂੰ ਤੁਰਨਾ ਸਿਖਾਉਂਦੇ ਹਾਂ, ਕਦੋਂ ਅਸੀਂ ਉਹਦੇ ਨਾਲ ਉਹਨੂੰ ਜਿਹੜੀਆਂ ਪੋਪਲੀਆਂ ਗੱਲਾਂ ਨਾਲ ਅਸੀਂ ਉਹਦੀ ਲੈਂਗੁਏਜ ਤੋਂ ਸ਼ੁਰੂ ਕਰਦੇ ਹਾਂ, ਆਪਣੀ ਮਾਂ ਬੋਲੀ ਨੂੰ ਕਿਵੇਂ ਉਹਦੇ 'ਚ ਸਥਾਪਿਤ, ਉਹਦੇ ਖੂਨ 'ਚ ਸਥਾਪਿਤ ਕਰਦੇ ਹਾਂ ਪਿਆਰ ਦੇ ਨਾਲ, ਔਰ ਉਸ ਤੋਂ ਬਾਅਦ ਆਪਣੀ ਦਿੱਖ ਉਹਨੂੰ ਚੰਗਾ ਲੱਗੇ, ਜਿਸ ਤਰ੍ਹਾਂ ਥੋਪਣ ਵਾਲੀ ਗੱਲ ਨਹੀਂ, ਉਹਨੂੰ ਅਸੀਂ ਜਿਉ ਕੇ ਦਿਖਾਈਏ ਵੀ ਜੇ ਅਸੀਂ ਔਖਾ ਬੋਲਦੇ ਹਾਂ ਜਾਂ ਅਸੀਂ ਉੱਚਾ ਕੌੜਾ ਬੋਲਦੇ ਹਾਂ ਤਾਂ ਉਹ ਸਾਡੇ ਵਰਗਾ ਨਹੀਂ ਬਣਨਾ ਚਾਹੇਗਾ, ਅਤੇ ਅਸੀਂ ਰੋਲ ਮਾਡਲ ਬਣ ਕੇ, ਅੱਜ ਕੱਲ੍ਹ ਤਾਂ ਕਈ ਬੱਚੇ ਆਪਣੇ ਮਾਪਿਆਂ ਨੂੰ ਸਮਝਾਉਂਦੇ ਵੀ ਨੇ ਜੀ, ਰੋਲ ਮਾਡਲ ਬਣ ਕੇ ਅਸੀਂ ਉਸ ਤੋਂ ਬਾਅਦ ਫਿਰ ਜਿਹੜਾ ਨਾ ਇੱਕ ਫੇਜ਼ ਆਉਣਾ ਕਿ ਜਦੋਂ ਮਾੜਾ ਜਿਹਾ ਵੀ ਉਹਦਾ ਬੂਟ ਸਾਡੇ 80% ਤੱਕ ਆ ਜਾਏ ਅਤੇ ਵੀ ਹੈਵ ਟੂ ਬੀ ਕਲੋਜ਼ ਫਰੈਂਡ। ਇਹ ਜਿਹੜੀ ਟਰਾਂਸਫਰਮੇਸ਼ਨ ਹੈ ਕਿ ਜੇ ਉਹਨੇ ਬਾਹਰ ਦੀ ਗੱਲ ਕਿਸੇ ਫਰੈਂਡ ਨੂੰ ਦੱਸਣੀ ਹੈ ਤਾਂ ਉਹਦਾ ਫਾਦਰ ਮਦਰ ਹੋਏ, ਅਤੇ ਇਸ ਨੂੰ ਜੇ ਅਸੀਂ ਅਚੀਵ ਕਰ ਸਕਦੇ ਹਾਂ, ਪਰ ਗੱਲ ਮੁੱਕਦੀ ਨਹੀਂ, ਪਰ ਇਹ ਬੜੀ ਜ਼ਰੂਰੀ ਇੰਨੀ ਹੈ, ਇਹ ਨੀਂਹ ਰੱਖੀ ਜਾਏ ਤਾਂ ਕਿ ਬੱਚਿਆਂ ਦੇ ਜਿਹੜੇ ਸਤਿਕਾਰ ਮੰਗਣ ਵਾਲੀ ਗੱਲ, ਵੀ ਸ਼ੁੱਡ ਨਾਟ ਡਿਮਾਂਡ ਰਿਸਪੈਕਟ, ਵੀ ਮਸਟ ਕਮਾਂਡ ਰਿਸਪੈਕਟ ਬਾਏ ਡੂਇੰਗਸ ਆਲ ਸੱਚ ਥਿੰਗਸ। ਬੱਚਾ ਕਈ ਚੀਜ਼ਾਂ ਭੁੱਲੀ ਜਾਂਦਾ ਨਾਲ ਨਾਲ, ਉਹ ਸਾਨੂੰ ਪਤਾ ਹੋਏ ਕਿ ਬੱਚਾ ਉਹ ਭੁੱਲ ਗਿਆ ਪੁਰਾਣੀ ਗੱਲ, ਪਰ ਜਿਹੜੀ ਗੱਲ ਉਹਨੂੰ ਯਾਦ ਰਹਿਣੀ ਹੈ ਉਸ ਗੱਲ ਨੂੰ ਅਸੀਂ ਉਹਨੂੰ ਪ੍ਰੋਪਰ ਪਰਸਪੈਕਟਿਵ 'ਚ, ਅਤੇ ਤਾਂ ਉਸ ਆਪਾਂ ਅੱਗੇ ਲੈ ਕੇ ਤਾਂ ਕਿ ਸਾਨੂੰ ਕੋਈ ਪ੍ਰੋਬਲਮ ਨਾ। ਬਿਲਕੁਲ, ਇੱਕ ਰੋਡ ਮੈਪ ਆਪਾਂ ਤਿਆਰ ਕਰੀਏ, ਟਾਈਮ ਟੇਬਲ ਅਸੀਂ ਤਿਆਰ ਕਰੀਏ ਕਿ ਸਰਟਨ ਏਜ ਦੇ ਵਿੱਚ ਅਸੀਂ ਕਿਸ ਤਰੀਕੇ ਨਾਲ ਬੱਚੇ ਦੇ ਹਰ ਉਸ ਗੱਲ ਦੇ ਉੱਤੇ ਨਜ਼ਰ ਰੱਖ ਰਹੇ ਹਾਂ ਜੋ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ, ਆਪਣੀ ਪ੍ਰੈਕਟੀਕਲ ਲਾਈਫ ਦੇ ਵਿੱਚ ਵਾਕਈ ਕਰ ਰਿਹਾ। ਔਰ ਸਾਨੂੰ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਪਿਆਰ ਦੇ ਨਾਲ ਅਫੈਕਸ਼ਨੇਟ ਹੋਈਏ ਬੱਚੇ ਦੇ ਤਰਫ, ਤਾਂ ਕਿ ਉਹਨੂੰ ਇੱਕ ਪੀਅਰ ਪ੍ਰੈਸ਼ਰ ਨਾ ਹੋਏ, ਕੋਈ ਇੱਕ ਮੈਂਟਲ ਪ੍ਰੈਸ਼ਰ ਵੀ ਨਾ ਉਹਦੇ ਉੱਤੇ ਕ੍ਰੀਏਟ ਹੋ ਸਕੇ, ਤਾਂ ਕਿ ਉਹ ਤੁਹਾਡੀ ਗੱਲਾਂ ਨੂੰ ਸਮਝ ਵੀ ਸਕੇ, ਜਿਸ ਨਾਲ ਤੁਸੀਂ ਆਪਣੇ ਭਵਿੱਖ ਨੂੰ ਅਤੇ ਬੱਚੇ ਦੇ ਭਵਿੱਖ ਨੂੰ ਸੁਨਹਿਰਾ ਦੋਨਾਂ ਨੂੰ ਬਣਾ ਸਕਦੇ ਹੋ। ਲੇਕਿਨ ਸਿਰਫ ਇੱਕ ਹੀ ਗੱਲ ਮੈਨੂੰ ਸਮਝ ਆਉਂਦੀ ਹੈ ਅੱਜ ਦੇ ਇਸ ਪੂਰੇ ਮੁੱਦੇ ਦੇ ਵਿੱਚ, ਦੈਟ ਇਜ਼ ਓਨਲੀ ਲਵ ਐਂਡ ਕਰੇਜ। ਔਰ ਜੇਕਰ ਤੁਹਾਨੂੰ ਸਾਡਾ ਅੱਜ ਦਾ ਮੁੱਦਾ ਵਧੀਆ ਲੱਗਿਆ ਹੋਣਾ, ਜੇਕਰ ਤੁਸੀਂ ਕੁਝ ਫੀਡਬੈਕਸ ਵੀ ਦੇਣਾ ਚਾਹੁੰਦੇ ਹੋ ਤਾਂ info@justbroadcasting.com ਦੇ ਉੱਤੇ, harkirat@justbroadcasting.com ਦੇ ਉੱਤੇ ਲਿਖ ਸਕਦੇ ਹੋ। ਔਰ ਜਿਨ੍ਹਾਂ ਕਾਲਰਸ ਦੀ ਮੈਂ ਕਾਲਸ ਨਹੀਂ ਚੱਕ ਪਾਇਆ, ਮੈਂ ਉਹਨਾਂ ਤੋਂ ਬਹੁਤ ਬਹੁਤ ਅਪੋਲੋਜਾਈਜ਼ ਕਰਦਾ, ਮਾਫੀ ਮੰਗਦਾ, ਲੇਕਿਨ ਤੁਸੀਂ ਮੈਨੂੰ ਮੇਲ ਕਰਕੇ ਆਪਣੀ ਗੱਲ, ਆਪਣੇ ਸੁਝਾਵ ਕਰ ਸਕਦੇ ਹੋ, ਔਰ ਮੈਂ ਉਹਨੂੰ ਨੈਕਸਟ ਮੁੱਦੇ ਦੇ ਵਿੱਚ ਜ਼ਰੂਰ ਦੱਸਾਂਗਾ ਕਿ ਤੁਸੀਂ ਇਹ ਗੱਲ ਸਾਨੂੰ ਲਿਖੀ ਹੈ। ਅਤੇ ਮੈਨੂੰ ਡਾਕਟਰ ਚਰਨ ਕਮਲ ਸਿੰਘ ਜੀ ਨੂੰ ਦਵੋ ਇਜਾਜ਼ਤ, ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।